ਯੱਖ ਨੂੰ ਹੱਕ ਦਾ ਪਤਾ ਨਹੀਂ, ਜਿਹੜੀ ਯੱਖ ਨੂੰ ਹੱਕ ਦਾ ਪਤਾ ਨਹੀਂ, ਸਮਝੋ ਉਹ ਇਨਸਾਨ ਦੀ ਅੱਖ ਨਹੀਂ। ਅਲੀ ਦਾ ਪੜੇ ਕੁਰਾਨ ਭਾਵੇਂ ਉਹਨੂੰ ਦੇਣਾ ਕੁਰਾਨ ਨੇ ਕੱਖ ਨਹੀਂ। ਇਹ ਇਲਾਨ ਸਰਦਾਰ ਹਜ਼ੂਰ ਦਾ ਏ, ਅਲੀ ਪਾਕ ਕੁਰਾਨ ਤੋਂ ਵੱਖ ਨਹੀਂ। ਤੇ ਆਖਾਂ ਸਾਰਿਆਂ ਪੀਰਾਂ ਦਾ ਆਪਣੇ।
ਨਾਮ ਲਿਖਿਆ ਕੁੱਤਾ ਰਾਖਵਾ ਕੋਈ ਨਹੀਂ ਮਾਰ ਸਕਦਾ ਮੁਲਕਾਂ ਵਿੱਚ ਕਾਨੂੰਨ ਨਿਜ਼ਾਮ ਲਿਖਿਆ ਉਹਨੂੰ ਤਾਂ ਤਖਤੀ ਜੰਗ ਨਹੀਂ ਸਾੜ ਸਕਦੀ
ਬਹੁਤ ਜ਼ਰੂਰੀ ਵਰਨਾ ਕੋਈ ਫਾਇਦਾ ਨਹੀਂ, ਨਾ ਜ਼ਿੰਦਗੀ ਦਾ, ਨਾ ਸਾਂਸ ਲੈਣ ਦਾ, ਨਾ ਬੈਠਣ ਦਾ, ਨਾ ਖਲੋਣ ਦਾ, ਨਾ ਕਿਸੇ ਨੂੰ ਮੰਨਣ ਦਾ, ਨਾ ਮਨਾਉਣ ਦਾ, ਕਿਉਂਕਿ ਮੇਰੀ ਇਹ ਜ਼ਾਤੀ ਫਿਤਰਤ ਹੈ। ਤਵੱਜੋ ਨਾ ਹੋਵੇ ਤਾਂ ਮੌਲਾ ਦੀ ਕਸਮੇ ਮੈਂ ਕਸੀਦਾ ਬੰਦ ਕਰ ਦੇਣਾ। ਲੇਕਿਨ ਅਸੀਂ ਮੁਸਲਮਾਨ ਹਾਂ, ਸਾਨੂੰ ਸਾਈਆਂ ਦੇ ਨਾਮ ਨਾਲ ਗਿਣਤੀ ਬਹੁਤ ਪਿਆਰੀ ਹੈ, ਅਸੀਂ ਗਿਣਤੀ ਨੂੰ ਅੱਗੇ ਰੱਖ ਲਈ। ਅਫਸੋਸ, ਸ਼ਹਿਨਸ਼ਾਹ ਦਾ ਸੁਹਾਵੀ ਆਪਣੇ ਦੂਸਰੇ ਦੋਸਤ ਨਾਲ ਗੱਲ ਕਰਦਾ ਕਿ ਯਾਰ ਅਗਰ ਮੇਰੇ ਬੱਸ 'ਚ ਹੋਵੇ, ਅਗਰ ਮੇਰੇ ਬੱਸ 'ਚ ਹੋਵੇ। ਇਹ ਤਾਰੀਖ ਦਾ ਬੜਾ ਵੱਡਾ ਅਲਫਾਜ਼ ਹੈ, ਬੜਾ ਵੱਡਾ ਲਫ਼ਜ਼ ਹੈ ਜਿਹੜਾ ਮੈਂ ਜਨਾਬ ਦੇ ਪੇਸ਼ ਕਰ ਰਿਹਾ। ਆਪਣੇ ਦੂਸਰੇ ਦੋਸਤ ਨੂੰ ਸਰਕਾਰ ਦਾ ਦੀਵਾਨਾ ਮੁਸ਼ਕਲ ਖੁਸ਼ਹਾਲ ਆ ਕਹਿੰਦਾ ਆਪਣੇ ਦੋਸਤ ਨੂੰ ਕਿ ਯਾਰ ਅਗਰ ਮੇਰੇ ਵੱਸ 'ਚ ਹੋਵੇ ਨਾ ਤੇ ਮੈਂ ਆਪਣੇ ਅਲੀ ਨੂੰ ਉਸ ਦੁਨੀਆਂ 'ਚ ਲੈ ਜਾ ਕਿ ਜਿੱਥੇ ਸਾਰੇ ਮੇਰੇ ਮੌਲਾ ਮੁਸ਼ਕਲ ਖੁਸ਼ਹਾਲ ਦੇ ਮੰਨਣ ਵਾਲੇ ਹੋਣ। ਲਾ ਇਲਾਹਾ ਇਲਲਾਹ ਮੁਹੰਮਦ ਰਸੂਲੁਲਲਾਹ। ਉਸ ਦੀਵਾਨੇ ਨੇ ਜਵਾਬ ਇਹ ਦਿੱਤਾ ਕਿ ਫਿਕਰ ਨਾ ਕਰ, ਘਬਰਾ ਨਾ, ਇੱਕ ਵਕਤ ਉਹੀ ਆਉਣਾ ਜਦੋਂ ਅਲੀ ਅਲੀ ਹੋਣਾ, ਹੋਰ ਕੁਛ ਵੀ ਨਹੀਂ ਹੋਣਾ। ਅਲੀ ਅਲੀ ਹੋਣਾ, ਹੋਰ ਕੁਛ ਵੀ ਨਹੀਂ ਹੋਣਾ। ਇਸ ਵਾਸਤੇ ਕਿ ਇਹ ਵਲਾਇਤ, ਇਹ ਵਲੀ, ਇਹ ਮੁਸ਼ਕਲ ਖੁਸ਼ਹਾਲ ਦੀ ਜੁੱਤੀ ਦਾ ਸਦਕਾ ਨਹੀਂ। ਅਲੀ ਵਲੀ ਨਾ ਹੁੰਦਾ ਤੇ ਇਹ ਵਲੀ ਨਾ ਹੁੰਦੇ, ਆ ਵੀ ਪੀਰ ਨਾ ਹੁੰਦੇ, ਅਸੀਂ ਤੁਸੀਂ ਬੈਠੇ ਨਾ ਹੁੰਦੇ ਇੱਥੇ। ਲਿਹਾਜ਼ਾ ਮਾਜ਼ਰਤ ਦੇ ਨਾਲ, ਆਪਣੀ ਅਕੀਦੇ ਦੇ ਨਾਲ, ਮੁਹੱਬਤ ਦੇ ਨਾਲ ਅਰਜ਼ ਕਰ ਰਿਹਾ ਕਿ ਇਹ ਚੀਜ਼ ਜਿਹੜੀ, ਇਸ ਨੂੰ ਬਹੁਤ ਜ਼ਰੂਰੀ ਹੈ ਆਪਣੇ ਦਿਲ 'ਚ ਮਹਿਸੂਸ ਕਰਿਆ ਕਰੋ, ਰੱਖਿਆ ਕਰੋ, ਫਿਰ ਇਬਾਦਤ ਹੁੰਦੀ ਹੈ, ਵਰਨਾ ਨਹੀਂ ਹੁੰਦੀ। ਵਰਨਾ ਇਹ ਦੁਨੀਆਂ ਦਾ ਵਿਖਾਲਾ ਹੁੰਦਾ। ਅਲੀ ਨਾਲ ਮੁਕਾਬਲੇ ਕਰਨਾ ਹੈ ਜ਼ਰਾ ਸੇਖ ਰਸੂਲ ਦਾ ਸਭ ਕੇ ਦੱਸ। ਤਾਰੀਖ 'ਚ ਬਹੁਤ ਬੜਾ ਸ਼ੇਰ ਹੈ ਜਿਹੜਾ ਕਹਿਣ ਲੱਗੇ ਹੋਏ ਜਿਗਰਾ ਚਾਹੀਦਾ, ਜੋ ਇਹ ਜਹਾਨ ਦਾ ਆਲਮ ਹੈ, ਜੋ ਇਸ ਦੁਨੀਆਂ 'ਤੇ ਹੋ ਰਿਹਾ ਹੈ। ਕਮਾਲ ਵਾਸਤੇ ਲਫ਼ਜ਼ ਕਹਿਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ, ਮਸਕੀਨ ਡਰਦੇ ਰਹਿੰਦੇ ਹਾਂ। ਲੇਕਿਨ ਡਰੀ ਦਾ ਮੌਲਾ ਕੋਲੋਂ, ਬੰਦੇ ਕੋਲੋਂ ਕੀ ਡਰਨਾ ਹੈ, ਉਹ ਤੇ ਆਪ ਮਾਰਗ ਤੇ ਹੁੰਦਾ। ਅਲੀ ਨਾਲ ਮੁਕਾਬਲਾ ਕਰਨਾ ਹੈ ਜ਼ਰਾ ਸੇਜ ਰਸੂਲ ਦਾ ਸਭ ਕੇ ਦੱਸ। ਅਲੀ ਵਾਂਗ ਪਹਾੜ ਮੁਸੀਬਤਾਂ ਦੇ, ਤੂੰ ਆਪਣਾ ਸੀਨੇ ਦਾ ਥੰਮ ਕੇ ਦੱਸ। ਅਲੀ ਜਮਿਆ ਕਾਬੇ ਦਾ ਸੈਂਟਰ ਵਿੱਚ, ਤੂੰ ਕੱਚੀ ਮਸੀਤ ਚ ਚੱਪ ਕੇ ਦੱਸ।
अली दा नाम लेके सीना मुनकर दा साड़ के लग जाना खुम ठप के चंगी तरह मुनकर दी पैरा हेठ ना गाड़ के लग जाना मैं तू खाफ नहीं कोई दो सखवाना क्यों अली अली पुकार के लग जाना Dale.
ਪਾਸੇ ਨਹੀਂ ਬਾਤ ਕਿ ਹਦੀਸਾਂ ਕੁਰਾਨ ਸਭ ਮੁਸਲਮਾਨ ਨੇ ਪੜ੍ਹਿਆ। ਸਰਕਾਰ ਦਾ ਫਰਮਾਨ ਹੈ ਕਿ ਅਲੀ ਦਾ ਨਾਮ ਲੈਣਾ, ਅਲੀ ਦਾ ਜ਼ਿਕਰ ਕਰਨਾ ਕੁਰਾਨ ਖਤਮ ਕਰਨਾ। ਹਾਈ ਸਾਹਿਬ ਇੱਕ ਗੱਲ ਸੁਣਾਉਣ ਲੱਗਾ, ਬਸ ਤਵੱਜੋ ਹੁੰਦੀ ਹੈ, ਮੁਹੱਬਤ ਹੁੰਦੀ ਹੈ, ਇਬਾਦਤ ਹੋ ਜਾਂਦੀ ਹੈ, ਬਸ ਇੰਨੀ ਬਾਤ। ਕੀ ਖਿਆਲ ਹੈ? ਤਵੱਜੋ ਹੁੰਦੀ, ਮੁਹੱਬਤ ਹੁੰਦੀ ਹੈ, ਅਤੇ ਮੁਹੱਬਤ ਹੁੰਦੀ ਹੈ, ਇਬਾਦਤ ਹੁੰਦੀ ਹੈ। ਜਨਾਬੀ ਸਮੇਤ ਤਮਾਰ, ਮੈਂ ਨਵਾਂ ਨਵਾਂ ਕਵਾਲੀ 'ਚ ਸ਼ਾਮਿਲ ਹੋਇਆ ਅਤੇ ਕਸਮੀ ਆ ਗੱਲ ਕਿ ਇਸ ਔਲੀਆ ਅੱਲਾ ਦੇ ਬਜ਼ੁਰਗਾਂ ਦਾ ਸਟੇਜ ਹੈ, ਬਹੁਤ ਬੜਾ ਸਟੇਜ ਹੈ, ਬੜਾ ਪਾਕ ਸਾਫ ਸਟੇਜ ਹੈ। ਇਹ ਵੀ ਮੈਂਬਰ ਹੈ, ਇਹ ਫਕੀਰ ਦਾ ਮੈਂਬਰ ਹੈ। ਕਿਉਂ ਸਾਈ? ਇਹ ਫਕੀਰ ਦਾ ਮੈਂਬਰ ਹੈ ਅਤੇ ਇਸ ਮੈਂਬਰ ਦੀ ਕਸਮ ਹੈ ਕਿ ਮੈਨੂੰ ਇਸ ਨਾਮ ਦਾ, ਇਸ ਬੰਦੇ ਦਾ ਪਤਾ ਹੀ ਨਹੀਂ ਸੀ ਕਿ ਮੀਸ ਮੈਂ ਤਮਾਰ ਕੌਣ ਹੈ, ਕਿਵੇਂ ਦਾ ਹੁੰਦਾ ਹੈ, ਕਿਹਨੂੰ ਆਉਂਦੇ ਨੇ। ਕਸਮ ਖਾ ਕੇ ਦੱਸੋ, ਅਤੇ ਜੇ ਉਸ ਵਕਤ 'ਚ ਮੈਨੂੰ ਨਹੀਂ ਨਾ ਪਤਾ ਤਾਂ ਹੋ ਸਕਦਾ ਜੇ ਸਾਡੇ ਬੱਚੇ ਨੇ ਛੋਟੇ ਛੋਟੇ, ਉਹਨਾਂ ਨੂੰ ਵੀ ਨਹੀਂ ਲੱਭਣਾ। ਮੀਸ ਮੈਂ ਤਮਾਰ ਉਹ ਦੀਵਾਨਾ ਹੋਇਆ ਕਿ ਬਚਪਨ 'ਚ ਯਾਇਲੀ ਸਰਕਾਰ ਦੇ ਨਾਲ ਬਾਹਰ ਸੈਰ 'ਤੇ ਜਾਣਾ, ਸੁਬਹਾ ਸੁਬਹਾ ਸਰਕਾਰ ਦਾ ਬਹੁਤ ਪਿਆਰ ਸੀ, ਯਾਇਲੀ ਸਰਕਾਰ ਦਾ ਇਸ ਬੱਚੇ ਨਾਲ, ਅਤੇ ਸੁਬਹਾ ਸੁਬਹਾ ਸੈਰ 'ਤੇ ਜਾਣਾ। ਇੱਕ ਦਿਨ ਐਸਾ ਹੋਇਆ ਸੈਰ 'ਤੇ ਨਿਕਲੇ ਨੇ, ਸਰਕਾਰ ਇੱਕ ਛੋਟਾ ਜਿਹਾ ਜਿਸ ਤਰ੍ਹਾਂ ਬੂਝਾ ਨਹੀਂ ਬਣਿਆ ਹੁੰਦਾ, ਅਤੇ ਖਜੂਰ ਦਾ ਬੂਝਾ ਜਿਹੜਾ ਹੁੰਦਾ ਉਹਦੀ ਚੁੰਝ ਬੜੀ ਭੈੜੀ ਹੁੰਦੀ ਹੈ। ਸਰਕਾਰ ਉਹਦੇ ਕੋਲ ਰੁਕ ਗਏ, ਬਿਲਕੁਲ ਇੰਨਾ ਕੋਲ ਨਿਕਲਿਆ ਸੀ ਰੇਤ ਦੇ ਵਿੱਚੋਂ, ਆਪ ਉਹਦੇ ਕੋਲ ਰੁਕ ਗਏ ਨੇ ਅਤੇ ਜਨਾਬੀ ਸਮਾਜ ਕਰਦੇ ਨੇ ਕਿ ਮੌਲਾ ਪਹਿਲੇ ਕਦੀ ਤੁਹਾਨੂੰ ਇੱਥੇ ਰੁਕਦਿਆਂ ਨਹੀਂ ਦੇਖਿਆ, ਅਤੇ ਮੇਰੀ ਮਜਾਲ ਨਹੀਂ ਕਿ ਮੈਂ ਜਨਾਬ ਕੋਲੋਂ ਪੁੱਛਾਂ। ਆਪ ਮੁਸਕਰਾ ਪਏ, ਫਰਮਾਇਆ ਮੇਸਮ ਸਾਡੇ ਇਸ ਰੁਕਣ ਦੀ ਵਜ੍ਹਾ ਹੈ, ਇਹ ਵੇ ਖਜੂਰ ਦਾ ਦਰਖਤ, ਇਹ ਯਾਦ ਰੱਖੀਏ, ਖਜੂਰ ਦਾ ਦਰਖਤ ਜਿਸ ਦਿਨ ਜਵਾਨ ਹੋਏਗਾ ਸਾਡੇ ਇਸ਼ਕ 'ਚ, ਤੈਨੂੰ ਇੱਥੇ ਲਟਕਾਇਆ ਜਾਏਗਾ, ਤੈਨੂੰ ਇਸ 'ਤੇ ਸੂਲੀ ਚੜਾਇਆ ਜਾਏਗਾ ਸਾਡੇ ਇਸ਼ਕ 'ਚ। ਜਨਾਬ ਮੇਸਮ ਨੇ ਇਹ ਕੰਮ ਕੀਤਾ, ਸਰਕਾਰ ਤੋਂ ਚੋਰੀ ਚੋਰੀ ਪਹਿਲੇ ਨਿਕਲਣਾ, ਉਹਦੇ ਆਲੇ ਦੁਆਲੇ ਟੋਇਆ ਕੱਢ ਕੇ ਉਹਨੂੰ ਪਾਣੀ ਦੇਣ ਲੱਗ ਪਏ। ਸਰਕਾਰ ਨੇ ਪੁੱਛਿਆ, ਮੇਸਮ ਅੱਜ 2-3 ਦਿਨ ਹੋ ਗਏ ਨੇ, ਤੇਰਾ ਪਤਾ ਨਹੀਂ ਲੱਗਦਾ ਸਾਡੇ ਤੋਂ ਪਹਿਲੇ ਕਿਤੇ ਨਿਕਲ ਜਾਣਾ? ਜੀ ਮੌਲਾ, ਕੀ ਗੱਲ? ਜਨਾਬ ਮੇਸਮ ਅਰਜ਼ ਕਰਦੇ ਨੇ, ਮੌਲਾ ਜੋ ਤੁਸੀਂ ਫਰਮਾਇਆ ਹੈ ਨਾ, ਇਸ਼ਕ ਦਾ ਸਾਜ਼ ਵੇਖੋ, ਇਸ਼ਕ ਦਾ ਰਾਜ਼ ਵੇਖੋ, ਇਸ਼ਕ ਵੇਖੋ, ਉਹ ਆਸ਼ਿਕ ਕਿਸ ਤਰ੍ਹਾਂ ਦੇ ਸਨ? ਉਹ ਆਸ਼ਿਕ ਸਨ, ਸਮਝ ਲੱਗੀ ਜੇ ਨਾ, ਆਸ਼ਿਕ ਸੋ ਅਸੀਂ ਵੀ ਆਸ਼ਿਕ ਹਾਂ, ਲੇਕਿਨ ਅਸੀਂ ਫਕੀਰ ਦੇ ਨਾਲ ਆਸ਼ਿਕ ਹਾਂ ਕਿ ਸਾਨੂੰ ਮੌਲਾ ਦੀ ਕਿਸਮਤ ਫਕੀਰ ਨੇ ਬਚਾਉਣਾ ਹੈ, ਅਸੀਂ ਆਪ ਬਚਣ ਦੇ ਕਾਬਲ ਨਹੀਂ, ਸਾਨੂੰ ਇਹਨਾਂ ਵਲੀਆਂ ਬਚਾਉਣਾ ਹੈ ਇਹਨਾਂ ਦੇ ਵਸੀਲੇ ਦੇ ਨਾਲ, ਉਹ ਆਸ਼ਿਕ ਸਨ। ਅਰਜ਼ ਕਰਦੇ ਨੇ, ਯਾ ਅਲੀ, ਮੌਲਾ ਮੈਂ ਇਸ ਵਾਸਤੇ ਪਹਿਲੇ ਜਾਣਾ ਕਿ ਜੋ ਤੁਸੀਂ ਫਰਮਾਇਆ ਸੀ ਨਾ ਕਿ ਜਿਹੜੇ ਦਰਖਤ ਦੇ ਨਾਲ ਤੈਨੂੰ ਮੈਂ ਸਭ ਸੂਲੀ ਲਟਕਾਇਆ ਜਾਏਗਾ ਸਾਡੇ ਇਸ਼ਕ ਵਿੱਚ, ਮੈਂ ਸਰਕਾਰ ਉਹਨੂੰ ਰੋਜ਼ ਜਾ ਕੇ ਪਾਣੀ ਦੇਣਾ, ਅਤੇ ਪਾਣੀ ਇਸ ਵਾਸਤੇ ਦੇਣਾ ਕਿ ਯਾ ਮੌਲਾ ਇਸ ਨੂੰ ਫਟਾਫਟ ਵੱਡਿਆ ਕਰ ਦੇ, ਜਵਾਨ ਕਰ ਦੇ, ਅਤੇ ਮੇਰੇ ਮੌਲਾ ਸਾਈਂ ਦਾ ਕੌਲ ਜਿਹੜਾ ਪੂਰਾ ਹੋਵੇ। ਮਿਸ ਮੈਂ ਤਮਾਰ ਉਸ ਦੀਵਾਨੇ ਦਾ ਨਾਂ ਹੈ, ਉਹ ਇਸ ਤਰ੍ਹਾਂ ਦੇ ਆਸ਼ਿਕ ਸਨ ਕਿ ਆਪਣੇ ਮੁਰਸ਼ਦ ਦੇ ਹੁਕਮ ਦਾ ਇੰਤਜ਼ਾਰ ਕਰਦੇ ਸਨ ਕਿ ਮੌਲਾ ਮੇਰੇ ਮੁਰਸ਼ਦ ਦਾ ਹੁਕਮ ਜਿਹੜਾ ਹੈ, ਜੋ ਉਹਨਾਂ ਨੇ ਫਰਮਾਇਆ ਉਹ ਪੂਰਾ ਹੋਵੇ, ਫਟਾਫਟ ਪੂਰਾ ਹੋਵੇ। ਅਸੀਂ ਆਉਂਦੇ ਹਾਂ, ਯਾ ਅੱਲਾ ਕਿਹੜਾ ਟਾਈਮ ਹੋਵੇ, ਗੌਰਮੈਂਟ ਛੁੱਟੀਆਂ ਦੇਵੇ ਅਤੇ ਅਸੀਂ ਗੱਡੀਆਂ ਭੰਨੀਏ ਅਤੇ ਦੁਕਾਨਾਂ ਲੁੱਟੀਏ ਅਤੇ ਆਓ ਕਰੀਏ, ਇਹ ਵੀ ਇਸ਼ਕ ਹੈ। ਹੈਂ
ਮਿਲਦਾ ਪੰਜ ਤਨ ਪੂਰੇ ਨਬੀ ਕਾ ਨੂਰ ਅਧੂਰਾ ਅਕਲ ਖਾਲੀ ਨਾ ਮਨਾਇ ਅਲੀ
उठाया।